वाहिगुरु साहिब जी। अमरी करो हाथ तै रचा, पूरन होए चित की इच्छा। तब चरणन मन रहे हमारा, अपना जान करो प्रतपारा। हाँ आया दूरों चल के, मैं तकी तो सरनाए जियो। मैं आशा रखी चित में, मेरा सब दुख गवाए जियो। तुम्हारी शरण तुम्हारी आशा, तुम ही सजन सोहले। राखो राखन हाथ आला, नानक घर के गुले। सुखाओ होटल गुर सेवी है, एनस सहज सुभाए। दर्शन परसे गुरु के, जन्म मरण दुख जाए। वह सिफत समधि नूर अरसों गुरसों छटी है। तुद डिठे सच्चे पातशाह, मर जन्म जन्म दी कटी है। तुद डिठे सच्चे पातशाह, माल जन्म जन्म दी कटिया। सतनाम श्री वाहिगुरु साहेब जीओ। जय श्री महला नवा, हर जो राख ले हो पत मेरी, जम को त्रास पयो और अंतर, शरण गई कृपा निद तेरी। रहाओ महापतित मुगद लोभी फुन करत, पाप अब हरा। पै मरबे को बिसरत नाहिन, तेह चिंता तन जारा। किए उपाव मुक्त के कारण, दै दिस कौठ ताया। कट ही पीतर बसै निरंजन, ताको मर्म न पाया। नाहिन गुण नाहिन कस जप तप, कौन कर्म अब कीजै। नानक हार पर्यो शरणागत, अपै दान प्रभ दीजै। हर जो राख ले हो पत मेरी। वाहिगुरु जी का खालसा, वाहिगुरु जी की फतेह। पतत पावन गरीब नवाज सतगुरु गुरु ग्रंथ साहिब पातशाह जियां दी पावन पवित्र हजूरी अंदर सुभायमान हो रही गुरु की संगत। इस वेले आपां सतगुरां दी गुरबाणी दी कथा विचार सरवण करन वास्ते गुरु दरबार विच प्राप्त होए हां। जैतसरी राग दे अंदर ये आपां रोज़ उपदेश सरवण कर रहे हां।
ਇਹ ਉਹ ਰਾਗ ਹੈ ਜਿਸ ਰਾਗ ਦੇ ਵਿੱਚ ਗੁਰਬਾਣੀ ਦਾ ਮੱਧ ਲੱਗਦਾ ਹੈ ਔਰ ਇਸ ਰਾਗ ਦੇ ਵਿੱਚ ਅਸੀਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਜੋ ਬਾਣੀ ਹੈ ਉਸ ਨੂੰ ਸਰਵਣ ਕਰ ਰਹੇ ਹਾਂ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਤਿੰਨ ਸ਼ਬਦ ਜਿਹੜੇ ਨੇ ਉਹ ਜੈਸਰੀ ਰਾਗ ਦੇ ਵਿੱਚ ਬਖਸ਼ਿਸ਼ ਕੀਤੇ ਨੇ। ਸੋ ਉਹਦੇ ਵਿੱਚੋਂ ਇੱਕ ਸ਼ਬਦ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ, ਅੱਜ ਦੂਜਾ ਸ਼ਬਦ ਮਹਾਰਾਜ ਸਾਹਿਬ ਜੀ ਸਾਨੂੰ ਇੱਥੇ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਨੇ। ਸੋ ਨੌ ਅੰਕ ਲਿਖਿਆ ਮਹਾਰਾਜ ਜੀਆਂ ਨੇ, ਨੌ ਅੰਕ ਤੋਂ ਭਾਵ ਲੈ ਲੈਣਾ ਨਵੇਂ ਪਾਤਸ਼ਾਹ ਨੌਵੇਂ ਗੁਰੂ। ਸੋ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇਗ ਬਹਾਦਰ ਸਿਮਰਿਆ ਹੈ ਕਰਨੋ ਨਿੱਧ ਆਵੈ ਧਾਹੇ ਸਭ ਥਾਈ ਹੋਏ ਸਹਾਏ, ਐਸੇ ਜਿਹੜੇ ਸਤਿਗੁਰੂ ਨੇ ਉਹਨਾਂ ਦੀ ਬਾਣੀ ਆਪਾਂ ਸਰਵਨ ਕਰਨ ਜਾ ਰਹੇ ਹਾਂ। ਜੋ ਰਾਖ ਲਿਓ ਪਤ ਮੇਰੀ, ਸਤਿਗੁਰੂ ਪਾਤਸ਼ਾਹ ਜੀ ਬੇਨਤੀ ਕਰਨ ਦੀ ਜਾਚ ਦੱਸਦੇ, ਬੇਨਤੀ ਕਿਵੇਂ ਕਰਨੀ ਹੈ। ਬੇਨਤੀ ਇਸ ਤਰ੍ਹਾਂ ਕਰਨੀ ਹੈ, ਹਰ ਜੂ ਤੋਂ ਭਾਵ ਹੈ ਇਹ ਪਰਮਾਤਮਾ ਜੀ, ਇਹ ਵਾਹਿਗੁਰੂ ਜੀ, ਇਹ ਨਿਰੰਕਾਰ, ਇਹ ਅਕਾਲ ਪੁਰਖ, ਇਹ ਪਰਮੇਸ਼ਰ ਮੇਰੀ ਬੇਨਤੀ ਹੈ। ਬੇਨਤੀ ਕੀ ਹੈ? ਰਾਖ ਲਿਓ ਪਤ ਮੇਰੀ, ਪਤ ਨਾਮ ਇੱਜ਼ਤ ਦਾ, ਆਪ ਜੀ ਕਿਰਪਾ ਕਰਕੇ ਮੇਰੀ ਇੱਜ਼ਤ ਰੱਖ ਲਓ ਇਸ ਲੋਕ ਦੇ ਵਿੱਚ ਵੀ ਔਰ ਪਰਲੋਕ ਦੇ ਵਿੱਚ ਵੀ। ਜੇ ਇਸ ਲੋਕ ਵਿੱਚ ਵੀ ਮਾਰ ਪੈ ਗਈ, ਬਦਵਾਵਾਂ ਮਿਲਣਗੀਆਂ, ਬਦ ਸੀਸਾਂ ਮਿਲਣਗੀਆਂ ਤਾਂ ਇੱਜ਼ਤ ਨਹੀਂ ਰਹੇਗੀ, ਅਤੇ ਜੇ ਪਰਲੋਕ ਦੇ ਵਿੱਚ ਜਮ੍ਹਾਂ ਦੀ ਮਾਰ ਪਵੇਗੀ ਤਾਂ ਵੀ ਇੱਜ਼ਤ ਨਹੀਂ ਰਹੇਗੀ। ਮਹਾਰਾਜ ਐਸੀ ਕਿਰਪਾ ਕਰੋ ਇਸ ਲੋਕ ਦੇ ਵਿੱਚ ਵੀ ਮਾਣ ਸਨਮਾਨ ਬਣਿਆ ਰਹੇ ਅਤੇ ਪਰਲੋਕ ਦੇ ਵਿੱਚ ਵੀ ਰੇਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਰ ਸੁਭ ਦਿਓ, ਉੱਥੇ ਵੀ ਸ੍ਰੇਸ਼ਟ ਸਤਿਕਾਰ ਮਿਲੇ। ਹਰ ਜੂ ਰਾਖ ਲਿਓ ਪਤ ਮੇਰੀ, ਇਹ ਹਰੀ ਹਰ ਪਰਮਾਤਮਾ ਆਪ ਜੀ ਮੇਰੀ ਪਤ ਰੱਖ ਲਵੋ, ਇੱਜ਼ਤ ਰੱਖ ਲਵੋ। ਅੱਗੇ ਬਖਸ਼ਿਸ਼ ਕਰਦੇ ਹਨ। ਜਮ ਕੋ ਤ੍ਰਾਸ ਭਇਓ ਅੰਤਰ, ਸਭ ਤੋਂ ਵੱਡਾ ਡਰ ਜਮਾਂ ਦਾ ਹੈ, ਜਮਦੂਤਾਂ ਦਾ ਹੈ, ਮੌਤ ਦਾ ਹੈ। ਮੌਤ ਦੇ ਡਰ ਤੋਂ ਡਰਦੇ ਹੋਏ ਵੱਡੇ ਵੱਡੇ ਰਾਜੇ ਮਹਾਰਾਜੇ ਆਪਣੀ ਉਮਰਾਂ ਲੰਮੀ ਕਰਨ ਵਾਸਤੇ ਸੋਚਦੇ ਰਹੇ। ਉਹਨਾਂ ਨੇ ਸਾਰੇ ਉਹ ਦਰਵਾਜ਼ੇ ਬੰਦ ਕੀਤੇ ਜਿਨ੍ਹਾਂ ਦਰਵਾਜ਼ਿਆਂ ਵਿੱਚੋਂ ਮੌਤ ਆਉਣੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਬੰਦ, ਤੂੰ ਜਿੰਨੇ ਮਰਜ਼ੀ ਦਰਵਾਜ਼ੇ ਲਾ ਲਾ। ਦਰਵਾਜ਼ਾ ਇਹ ਤਖਤੇ ਦਾ ਨਾਮ ਨਹੀਂ ਹੈ ਵੀ ਤਖਤਾ ਦਰਵਾਜ਼ਾ ਗੇਟ ਬੰਦ ਕਰ ਲਿਆ। ਦਰਵਾਜ਼ੇ ਤੋਂ ਭਾਵ ਇਹ ਹੈ ਵੀ ਮੌਤ ਤੋਂ ਬਚਣ ਦੇ ਜਿੰਨੇ ਵੀ ਤੂੰ ਯਤਨ ਕੀਤੇ ਨੇ, ਭਾਵੇਂ ਤੂੰ ਦਵਾਈ ਖਾਂਦਾ ਪਿਆ, ਡਾਕਟਰ ਕੋਲ ਬਿਠਾਇਆ ਹੋਇਆ ਹੈ, ਰੋਜ਼ ਕਸਰਤ ਕਰਦਾ, ਰੋਜ਼ ਤੇਰਾ ਪ੍ਰਸ਼ਾਦਾ ਪਾਣੀ ਜਿਹੜਾ ਹੈ ਉਹ ਚੰਗੀ ਤਰ੍ਹਾਂ ਪਰਖ ਕੇ ਨਿਰੀਖਣ ਕਰਕੇ ਫਿਰ ਤੇਰੇ ਕੋਲ ਆਉਂਦਾ ਹੈ, ਮੇਰੇ ਭੋਜਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਹੋ ਜਾਵੇ, ਮੇਰੀ ਦਵਾਈ ਬੂਟੀ ਵਿੱਚ ਨਾ ਕੋਈ ਵਾਧਾ ਘਾਟਾ ਹੋ ਜਾਵੇ, ਕੋਈ ਮੇਰੇ ਪਰਹੇਜ਼ ਵਿੱਚ ਨਾ ਵਾਧਾ ਘਾਟਾ ਹੋਵੇ। ਇਹ ਜਿੰਨੇ ਮਰਜ਼ੀ ਤੂੰ ਦਰਵਾਜ਼ੇ ਬੰਦ ਕਰ ਲਾ, ਡਾਕਟਰ ਦੀ ਸਲਾਹ ਦੇ ਨਾਲ, ਵੈਦ ਦੀ ਸਲਾਹ ਦੇ ਨਾਲ ਤੂੰ ਖਾ ਪੀ ਪਰਹੇਜ਼ ਕਰ ਔਰ ਜਿੰਨਾ ਮਰਜ਼ੀ ਆਪਣੇ ਆਪ ਨੂੰ ਬਚਾ ਕੇ ਰੱਖ, ਜਿਸ ਦਿਨ ਮੌਤ ਵਾਲਾ ਫਰਿਸ਼ਤਾ ਤੁਰ ਪਿਆ ਕੋਈ ਵੀ ਦਰਵਾਜ਼ਾ ਤੈਨੂੰ ਬਚਾ ਨਹੀਂ ਸਕੇਗਾ। ਮਹਾਰਾਜ ਜੀਆਂ ਦਾ ਬਚਨ ਹੈ ਨਾ, ਜਿਸ ਕੀ ਪੂਜਾ ਔਦ ਤਿਸੈ ਕੌਣ ਰੱਖਈ। ਗੁਰੂ ਅਰਜਨ ਦੇ ਪਾਤਸ਼ਾਹ ਨੇ ਬਚਨ ਆਖਿਆ, ਕਹਿਣ ਲੱਗੇ ਗੁਰਮੁਖੋ ਜਿਹਦੀ ਉਮਰਾਂ ਪੂਰੀ ਹੋ ਜਾਵੇ ਨਾ ਉਹਨੂੰ ਰੱਖ ਕੋਈ ਨਹੀਂ ਜੇ ਸਕਦਾ।
जिसकी पूजै और तिसै कौन राखई, वैदक अनक उपाव कहां लो पाखई। वड्डे वड्डे वैद हकीम कित्थों कु ताकत इनू परहेज दसनगे, दवाई बूटी करनगे। एको चेत गवार काज तेरे आवई, मूर्खा एक परमात्मा नू चेते कर जिन्हें काम आना है, दवाई बूटी नाल बचिया नहीं रह सकता। सतगुरु पातशाह कहन लगे जम को त्रास भयो और अंतर, मेरे अंदर जमा दा डर पैदा हो गया है, अज नहीं ते कल मरना जरूर है, जिदन मरांगा उदन जमा दे वस पवांगा। क्यों? क्योंकि मैं जानदा मैं की करदा, तुसी जानदे हो तुसी की करदे हो। दुनिया कोलों छुपाया जा सकदा अपना गुनाह अपना पाप, परमात्मा को नहीं छुपाया जानो वेखदा पिया है। तो फिर जो असी कोई गलती कोई गुनाह किया हो साडे अंदर डर तो बनया रहेगा ना, ये गल बनी रहेगी डर के रूप दे विच भी, जे मैनू जम लै गया तो मैनू सज़ा बली मिलेगी। सतगुरु पातशाह मेरे पाप मैनू डराउंदे ने, जिदे करके मैनू जमा का बड़ा भारी डर लगता है। अनकाए रातड़िया वाट दुहेली राम, पाप कमाम दिया तेरा कोई न बेली राम, कोई न बेली होवे तेरा सदा पछोतावे। कोई नहीं हो तेरा बोली बेली परलोक दे रस्ते विच, इस करके महाराज जमा दा बड़ा डर है। शरण गही कृपा निद तेरी, इस करके सतगुरु पातशाह जी मैं आप जी दी शरण पकड़ ली आके, सगल द्वार को छड़ के गए हो तुहारो द्वार, सारे दरवाजिया दी टेक ओट आसरा ये मैं छड़ दिता है। ना मैनू राजिया महाराजिया दा आसरा है, ना मैनू पीरां पैगंबरां दा आसरा है, ना मैनू किसी भैन भरा जा दोस्त मित्र दा आसरा है। ये सारे आसरे छड़ के सरण गही कृपा निद तेरी, ए कृपा दे समुंदर परमात्मा एक तेरे ते आस रख के मैं तेरी शरण विच आ गया। जे तेरी शरण विच आया ते आप जी कृपा करो। रहाओ महापतत मुगद लोभी फुन, सतगुरु पातशाह जीओ मैं महापतत हाँ, पतत तो भाव हुंदा पापी, मेरे वर्गा पापी कोई नहीं। एक हुंदा पापी एक हुंदा महापापी, इत्थे लिखिया महापापी वड्डा पापी, मेरे वर्गा पापी कोई नहीं है। महापतत वड्डा पापी, नाल बच्चे लिखिया महाराज ने मुग्ध, मुग्ध तो भाव हुंदा मूर्ख, मैं वड्डा मूर्ख भी हाँ, मेरे वर्गा मूर्ख कोई नहीं है। लोभी फोना, तो फिर मैं लोभ भी करदा। असी मूर्ख किहो जिहे आ, भाई गुरदास जिया ने बचन लिखिया समझाउंदे ने, कहन लगे जैसे पोस्ती सुनत कहस्त पोस्त बुरो। एक बंदा पोस्त खाण वाला, उदे कोल बैठ जाओ तुसी कहो भी पोस्त बड़ा माड़ा है, डोडे जिन्हां नूं क्या पुकी किया जांदा, पुकी बड़ी डोडे बड़े माड़े। वो खाण वाला बंदा भी इहो गल ही कहेगा भी हाँ हाँ बड़े माड़े ने, बड़े महंगे आउंदे ने, बड़े छुपा के लियाउणे पैंदे ने, ये मैं खा लैंदा मैनूं इहदे नाल पेट भर जांदा। पोस्त खाण वाला भी पोस्त नूं माड़ा कहेगा जदों तुहाडे मूँह चों सुनेगा भी ये डोडे खाने माड़े ने। अफीम खाण वाला शराब पीण वाला तुहाडे सामने बैठा कहेगा जरूर भी शराब पीनी बड़ी माड़ी है, इहदे नाल ते घर बर्बाद हो जांदा, इहदे नाल ते घर विच कलेश पै जांदा, इह ते सारे पैसे रोड़ के लै जांदी है, शराब बड़ी माड़ी है। अफीम खाण वाला भी कहेगा भी अफीम दा रोग ते चंद्रा ही है, माड़ा ही है। भाई गुरदास जी कहन लगे जैसे पोस्ती सुनत कहत पोस्त बुरो, भावें शराब पीण वाला है, भावें अफीम खाण वाला है, भावें पोस्त डोडे खाण वाला है, जदों उहदे कोल कोई गल करोगे अपने मूँहों भी ये गल कहेगा भी ये बुरियां चीज़ां ने माड़ियां चीज़ां ने। पर महाराज अगे बख्शिश करदे कहन लगे ताके बस भयो छाड्यो चाहे पै ना छुटाई,
पोस्ट कहन वाला खाण वाला माड़ा जरूर कहिंदा है, पर असल विच ओह पोस्ट दे वस पै गया है। जे ओह छड्डना भी चाहे तो उहदे कोलों तां भी छुटना नहीं है। दूजिआं नूं कहिंदा है शराब बड़ी माड़ी है, पर बंदा शराब दे वस पै चुकिआ है। हुण भावें माड़ी कहे तो भावें चंगी कहे, हुण पीते बिना नींद नहीं आउणी है। अफीम खाण वाला कहेगा भी बड़ी माड़ा नशा है, पर हुण तेरा शरीर उत्ते लग चुकिआ है। हुण भावें माड़ी कह तो भावें चंगी कह, हुण तैनूं खाणी पैणी है। पोस्त खाण वाला आखेगा पोस्त माड़ा है, पर असल विच बंदिआ तूं उहदे अधीन हो गया, उहदे बिना तेरा गुजारा कोई नहीं। तूं अफीम जां पोस्त नूं नहीं खावेंगा, अफीम पोस्त दा कुछ नहीं जाणा, उहनूं खाण वाला ते होर वी कोई बैठा है, पर तेरा उहदे बिना नहीं सरना, क्योंकि तेरे शरीर नूं लग चुकिआ है। महाराज कहन लगे फीम पोस्त डोडे भुक्की शराब समैक गांजा हीरोइन जो भी है चिट्टा काला पाउडर, कहन वाले कहिंदे जरूर ने माड़ा है माड़ा है, पर जिहड़ा उहदे विच लगा होया ना उह छड्ड नहीं सकदा उहनूं, क्योंकि उहदा शरीर उहदे अधीन हो गया है, उहदे वस विच हो गया है। ये एक उदाहरण है। दूजा बचन कर दे कहन लगे जैसे जुआ खेल बित हार बिलखै जुवारी। एक बंदा जुआ खेडदा, जुआ खेडदिआं खेडदिआं जिन्नी माया अपनी सारी ला दित्ती जुए दे उपर, जिन्ने दा लाए सारे हार गया, हुण तखली विच आ गया, हुण गुस्से विच आ गया, गालां कढदा नाल दिआं, तुसीं मैनूं बर्बाद कर दित्ता। जिथे जुआ खेडदा सी उहनां नूं वी गालां कढदा, तुसीं जुए दा अड्डा क्यों बनाया, मेरा तो सारी अज जेब का जिन्ना धन है सारा लग गया, मैं तो वटिया कुछ नहीं, मैं तो गवाह बैठा। अपने साथियों नूं वी गालां कढदा, जिथे जुआ बैठ के खेडिया उत्थे वी उहनां नूं गालां कढदा, तुसीं मैनूं लुट लिया, तुसीं मेरे नाल हेरा फेरी कीती है। जुआ खेडण वाला जुए नूं माड़ा तो बड़ा कहिंदा है, दुनिया नाल झगड़ा तो बड़ा करदा है, पर भाई गुरदास जी कहन लगे तऊ पार जुआरण की संगत ना टूटई। जिन्ना मर्जी माड़ा कही चल, पर जुआरियां दी संगत तो छड नहीं सकदा। अज गालां कढेगा ना भी तुसीं मैनूं हरा दिता, तुसीं मैनूं बर्बाद कर दिता, अज गालां कढ के आवेगा, कल नूं फिर उहनां विच जाके बैठा होवेगा भी चलो भाई एक वारी ला ही लईए, मैं थोड़े जे पैसे चुक के कढ के चोरी करके लै आया, चलो आपां एक दो होर बाजियां ला लईए, कल सारा कुछ लुटा के आया है, लुटाउण तो मगरों गालां कढ़दा आया भी तुहाडे कोल मैं नहीं कल नूं आवांगा, तुहाडे कोल नहीं हुण बैठांगा। पर अगले दिन थोड़ी जी माया आ गई है, फिर जाके उहनां दी संगत विच ही बैठा है, उहनां नूं छड्ड नहीं सकिआ, उहनां नूं छड्डना नहीं चाहुंदा। ये दूजी उदाहरण दित्ती है समझण वास्ते। तीजा बचन एक होर समझाउंदे सन, चंगी तरहां बचन समझ पल्ले पै जावे। कहन लगे जैसे चोर चोरी जात हिरदय सक तपुन। जदों चोर चोरी करन जांदा है ना रात नूं, उहदा कलेजा जिहड़ा ना धक धक करके कंबदा, अंदरों मन डरदा पिआ वी जे फड़िया गया बड़ी मार पवेगी, जे फड़िया गया बड़ी बदनामी होवे। जदों चोर चोरी करन वास्ते जांदा है, भावें किन्ना भी चोर छात्र क्यों ना होवे, चलाक क्यों ना होवे, हौसला भावें किड्डा भी वड्डा क्यों ना होवे, पर सियाने कहिंदे चोर दे पैर नहीं हुंदे, उहदा कारण है वी उहदे विच डर हुंदा। चोर चोरी करन वास्ते गया है पर अंदर उहदा डरदा पिया, अंदरों उह डरिया होया, उहदा हिरदा उहदा दिल कंबदा पिया वी जे फड़िया गया। पर कहन लगे अज चोरी करन गया, मन विच इह सोचदा वी बस अज ही चोरी करनी है, कल नूं नहीं इह कम करना, ऐ खुदा ऐ परमात्मा मैनूं अज बस ये मार जिहड़ी है मिल जावे, अज मैं चोरी कर लवां, अज ना मैं फड़िया जावां, मैं कल नूं कदे ये कम करांगा ही नहीं, कम ही छड्ड देंगा। रब दे नाल वादा कर लैंदा, रब दे नाल वादा करदा भी हुण नहीं करांगा, बस अज ना फड़िया जावां। ते भाई गुरदास जी बचन करन लगे, कहन लगे तजत न चोरी जौल सीस ना फूटई।
ਚੋਰ ਉਹਨਾਂ ਚਿਰ ਚੋਰੀ ਨਹੀਂ ਸੜਦਾ ਜਿੰਨਾ ਚਿਰ ਕੋਈ ਬੇਗਾਨਾ ਪੁੱਤ ਅੱਗੋਂ ਸਿਰ ਨਾ ਪਾੜ ਦੇਵੇ। ਚੋਰੀ ਕਰਨ ਜਾਂਦਾ ਰੋਜ਼ ਹੈ, ਰੋਜ਼ ਹੀ ਆਖਦਾ ਵੀ ਅੱਜ ਹੀ ਕਰਨੀ ਕੱਲ੍ਹ ਨੂੰ ਨਹੀਂ ਕਰਨੀ, ਇਹ ਤਾਂ ਬੜਾ ਮਾੜਾ ਕੰਮ, ਬਦਨਾਮੀ ਵਾਲਾ ਕੰਮ। ਪਰ ਕਹਿੰਦਾ ਰੋਜ਼ ਹੈ ਅਤੇ ਚੋਰੀ ਕਰਦਾ ਵੀ ਰੋਜ਼ ਹੈ। ਉਹਨਾਂ ਚਿਰ ਚੋਰੀ ਕਰਨ ਤੋਂ ਨਹੀਂ ਹਟੇਗਾ ਜਿੰਨਾ ਚਿਰ ਕੋਈ ਇਹਦਾ ਸਿਰ ਨਹੀਂ ਪਾੜ ਦਿੰਦਾ, ਜਾਂ ਇਹਦਾ ਸਿਰ ਨਹੀਂ ਵੱਢ ਦਿੰਦਾ, ਜਿੰਨਾ ਚਿਰ ਇਹਨੂੰ ਮਾਰ ਨਹੀਂ ਪੈਂਦੀ ਉਨਾ ਚਿਰ ਹਟੇਗਾ ਨਹੀਂ, ਮੁੜੇਗਾ ਨਹੀਂ। ਇਹ ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦਿੱਤੀਆਂ ਨੇ। ਪੋਸਤ ਖਾਣ ਵਾਲਾ ਪੋਸਤ ਨੂੰ ਮਾੜਾ ਜ਼ਰੂਰ ਕਹੇਗਾ, ਪਰ ਅਸਲ ਵਿੱਚ ਉਹਦਾ ਸਰੀਰ ਉਹਦੇ ਉੱਪਰ ਲੱਗ ਗਿਆ, ਉਹ ਪੋਸਤ ਨੂੰ, ਭੁੱਖੀ ਨੂੰ, ਫੀਮ ਨੂੰ ਛੱਡ ਨਹੀਂ ਸਕਦਾ। ਜੂਆ ਖੇਡਣ ਵਾਲਾ ਜੂਏ ਨੂੰ ਮਾੜਾ ਜ਼ਰੂਰ ਕਹੇਗਾ ਵੀ ਜੂਆ ਬੜਾ ਮਾੜਾ ਹੈ, ਇਹਦੇ 'ਚ ਬਰਬਾਦ ਹੋ ਜਾਈਦਾ, ਪਰ ਜੁਆਰੀਆਂ ਦੀ ਸੰਗਤ ਬਿਨਾਂ ਉਹ ਰਹਿ ਨਹੀਂ ਸਕਦਾ, ਜਾ ਕੇ ਬੈਠੇਗਾ ਉਹਨਾਂ ਵਿੱਚ ਹੀ ਭਾਵੇਂ ਸਭ ਕੁਝ ਲੁੱਟਿਆ ਜਾਵੇ। ਅਤੇ ਤੀਜੀ ਉਦਾਹਰਣ ਦਿੱਤੀ ਹੈ, ਕਹਿਣ ਲੱਗੇ ਚੋਰ ਚੋਰੀ ਨੂੰ ਕਹਿੰਦਾ ਜ਼ਰੂਰ ਮਾੜਾ, ਪਰ ਉਹਨਾਂ ਚਿਰ ਚੋਰੀ ਕਰਨ ਤੋਂ ਨਹੀਂ ਹਟੇਗਾ ਜਿੰਨਾ ਚਿਰ ਕੋਈ ਇਹਦਾ ਸਿਰ ਨਹੀਂ ਪਾੜੇਗਾ ਜਾਂ ਸਿਰ ਵਿੱਚ ਨਹੀਂ ਮਾਰੇਗਾ, ਉਹਨਾਂ ਚਿਰ ਛੱਡੇਗਾ ਨਹੀਂ। ਇਹ ਤਿੰਨ ਉਦਾਹਰਣਾਂ ਦਿੱਤੀਆਂ ਸਮਝਾਉਣ ਵਾਸਤੇ। ਤੈਸੇ ਸਭ ਕਹਿਤ ਸੁਣਤ ਮਾਇਆ ਦੁਖਦਾਈ ਕਾਹੂ। ਭਾਈ ਗੁਰਦਾਸ ਜੀ ਕਹਿਣ ਲੱਗੇ ਇਸੇ ਤਰ੍ਹਾਂ ਸਾਰੇ ਲੋਕ ਹੀ ਇਹ ਗੱਲ ਕਹਿੰਦੇ, ਮਾਇਆ ਬੜੀ ਦੁੱਖ ਦੇਣ ਵਾਲੀ ਹੈ, ਮਾਇਆ ਬੜੀ ਦੁੱਖ ਦੇਣ ਵਾਲੀ ਹੈ, ਕਹਿੰਦੇ ਸਾਰੇ ਹੀ ਨੇ ਵੀ ਮਾਇਆ ਬੜਾ ਦੁੱਖ ਦਿੰਦੀ ਹੈ। ਪਰ ਸਾਰੇ ਕਹਿਣ ਵਾਲੇ ਜਿਹੜੇ ਨੇ ਕਹਿਣ ਲੱਗੇ ਕਾਹੂ ਪੈ ਨਾ ਜੀਤੀ ਪਰ ਮਾਇਆ ਜੱਗ ਲੁੱਟਈ। ਅਸਲ ਵਿੱਚ ਮਾਇਆ ਕਿਸੇ ਤੋਂ ਨੂੰ ਜਿੱਤੀ ਗਈ, ਮਾਇਆ ਨੇ ਸਾਰੀ ਦੁਨੀਆ ਲੁੱਟ ਲਈ ਹੈ। ਪੋਸਤ ਖਾਣ ਵਾਲਾ ਪੋਸਤ ਨੂੰ ਮਾੜਾ ਕਹੇਗਾ, ਖਾਧੇ ਬਿਨਾਂ ਰਹਿ ਨਹੀਂ ਸਕਦਾ। ਜੂਆ ਖੇਡਣ ਵਾਲਾ ਜੂਏ ਨੂੰ ਮਾੜਾ ਕਹੇਗਾ ਪਰ ਖੇਡੇ ਬਿਨਾਂ ਰਹਿ ਨਹੀਂ ਸਕਦਾ। ਚੋਰੀ ਕਰਨ ਵਾਲਾ ਚੋਰੀ ਨੂੰ ਮਾੜਾ ਕਹੇਗਾ ਜ਼ਰੂਰ, ਪਰ ਚੋਰੀ ਕੀਤੇ ਬਿਨਾਂ ਰਿਹਾ ਨਹੀਂ ਜਾਣਾ। ਇਸੇ ਤਰ੍ਹਾਂ ਦੁਨੀਆ ਦੇ ਲੋਕ ਇਹ ਗੱਲ ਕਹਿੰਦੇ ਮਾਇਆ ਬੜੀ ਬੁਰੀ ਹੈ, ਮਾਇਆ ਬੜੀ ਮਾੜੀ ਹੈ, ਮਾਇਆ ਦਾ ਲਾਲਚ ਨਹੀਂ ਕਰਨਾ ਚਾਹੀਦਾ, ਮਾਇਆ ਦਾ ਤਿਆਗ ਕਰਨਾ ਚਾਹੀਦਾ, ਕਹਿੰਦੇ ਤਾਂ ਸਾਰੇ ਨੇ ਪਰ ਬਚਿਆ ਮਾਇਆ ਕੋਲੋਂ ਕੋਈ ਨਹੀਂ। ਦਾ ਸਾਰੇ ਹੀ ਲਾਉਂਦੇ ਜਿੱਥੇ ਕਿਸੇ ਦਾ ਲੱਗ ਗਿਆ, ਕੋਈ ਥੋੜ੍ਹਾ ਲਾਉਂਦਾ, ਕੋਈ ਵੱਡਾ ਲਾਉਂਦਾ, ਕੋਈ ਰਾਜਾ, ਰਾਜੇ ਕਿਹੜਾ ਹਟਦੇ ਨੇ, ਰਾਜੇ ਵੀ ਤਾਂ ਲੈਂਦੇ ਨੇ ਇੰਨੇ ਪੈਸੇ ਲੈ ਕੇ, ਉਹ ਤੁਹਾਨੂੰ ਇਸ ਕਾਨੂੰਨ ਵਿੱਚੋਂ ਕੱਢ ਦਿਆਂਗੇ। ਵੱਡੇ ਵੱਡੇ ਬਿਜ਼ਨਸਮੈਨ ਦੇਸ਼ ਛੱਡ ਕੇ ਬਾਹਰ ਭੱਜ ਗਏ, ਉਹ ਖਾਲੀ ਹੱਥੀਂ ਥੋੜ੍ਹੀ ਭੱਜ ਕੇ ਗਏ, ਪਹਿਲਾਂ ਸਰਕਾਰ ਦਾ ਮੂੰਹ ਬੰਦ ਕਰਕੇ ਗਏ ਅਤੇ ਫਿਰ ਹੀ ਉਹ ਬਾਹਰ ਗਏ ਨੇ। ਵੱਡੇ ਵੱਡੇ ਰਾਜੇ ਖਰੀਦੇ ਜਾਂਦੇ, ਵਜ਼ੀਰ ਖਰੀਦੇ ਜਾਂਦੇ ਨੇ। ਮਾਇਆ ਦਾ ਢੰਗ ਤਾਂ ਸਾਰਿਆਂ ਦੇ ਉੱਪਰ ਹੀ ਹੈ, ਪਰ ਦੂਜਿਆਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਮਾਇਆ ਨਾਗਨੀ ਹੈ, ਮਾਇਆ ਲੁੱਟਣ ਵਾਲੀ ਹੈ। ਵੱਡੇ ਵੱਡੇ ਸੰਤ, ਵੱਡੇ ਵੱਡੇ ਸਾਧੂ, ਵੱਡੇ ਵੱਡੇ ਡੇਰਾਦਾਰ ਦੂਸਰਿਆਂ ਨੂੰ ਆਖਦੇ ਵੀ ਮਾਇਆ ਦਾ ਪਰਹੇਜ਼ ਕਰੋ, ਮਾਇਆ ਨੂੰ ਹੱਥ ਨਾ ਲਾਓ, ਮਾਇਆ ਬੜੀ ਚੰਦਰੀ ਹੈ, ਮਾੜੀ ਹੈ, ਅਤੇ ਮੱਥਾ ਤਾਂ ਆਪ ਵੀ ਟਿਕਾਉਂਦਾ ਪਿਆ ਲੋਕਾਂ ਦੇ ਕੋਲੋਂ, ਅਤੇ ਉਹ ਵੀ ਤਾਂ ਪੈਸਿਆਂ ਦਾ ਹੀ ਟੇਕਿਆ ਜਾ ਰਿਹਾ, ਵੱਡੇ ਵੱਡੇ ਚੈੱਕ ਆਪ ਲੈਂਦਾ ਪਿਆ, ਅਤੇ ਕਈਆਂ ਥਾਵਾਂ 'ਤੇ, ਕਈਆਂ ਜ਼ਿਲ੍ਹਿਆਂ ਵਿੱਚ, ਕਈਆਂ ਜਗ੍ਹਾ ਦੇ ਉੱਪਰ ਵੱਡੇ ਵੱਡੇ ਪਲਾਟ ਉਹਦੇ ਨਾਂ ਦੇ ਕੱਟੇ ਜਾ ਰਹੇ ਨੇ, ਡੇਰੇ ਉਹਦੇ ਬਣਦੇ ਪਏ, ਦੂਜਿਆਂ ਨੂੰ ਆਖਦਾ ਪਿਆ ਮਾਇਆ ਨਾਗਨੀ ਹੈ ਪਰ ਆਪ ਸਭ ਕੁਝ ਲੈਂਦਾ ਪਿਆ। ਭਾਈ ਗੁਰਦਾਸ ਜੀ ਕਹਿਣ ਲੱਗੇ ਤੈਸੇ ਸਭ ਕਹਿਤ ਸੁਣਤ ਮਾਇਆ ਦੁੱਖਦਾਈ। ਦੁਨੀਆ ਕਹਿੰਦੀ ਤਾਂ ਸਾਰੀ ਹੈ ਵੀ ਮਾਇਆ ਬੜੀ ਦੁੱਖ ਦੇਣ ਵਾਲੀ ਹੈ, ਕਾਹੂ ਪੈ ਨਾ ਜਿੱਤੀ ਪਰ ਮਾਇਆ ਜੱਗ ਲੁੱਟਈ। ਅਸਲ ਵਿੱਚ ਮਾਇਆ ਕਿਸੇ ਤੋਂ ਜਿੱਤੀ ਨਹੀਂ ਗਈ, ਬਲਕਿ ਮਾਇਆ ਨੇ ਸਾਰੀ ਦੁਨੀਆ ਲੁੱਟ ਲਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਕਹਿੰਦੇ ਬਚਨ ਇਹ ਹੈ ਵੀ ਮਹਾਪਤਤ ਮੁਗਧ ਲੋਭੀ ਫੁਨ। ਮਹਾਰਾਜ ਜੀ, ਮੈਂ ਬੜਾ ਵੱਡਾ ਪਾਪੀ ਹਾਂ, ਮੈਂ ਬੜਾ ਵੱਡਾ ਮੂਰਖ ਹਾਂ, ਮੈਂ ਬੜਾ ਵੱਡਾ ਲੋਭੀ ਹਾਂ, ਦੁਨੀਆ ਨੂੰ ਆਖਦਾ ਵੀ ਆਹ ਕੰਮ ਨਹੀਂ ਕਰਨਾ ਚਾਹੀਦਾ। ਪੋਸਤ ਖਾਣ ਵਾਲਾ ਪੋਸਤ ਨੂੰ ਮਾੜਾ ਕਹਿ ਦਿੰਦਾ ਹੈ, ਛੱਡਦਾ ਨਹੀਂ। ਜੇ ਜੂਆ ਖੇਡਣ ਵਾਲਾ ਜੂਏ ਨੂੰ ਮਾੜਾ ਕਹਿੰਦਾ, ਛੱਡਦਾ ਨਹੀਂ। ਇਸੇ ਤਰ੍ਹਾਂ ਚੋਰ ਚੋਰੀ ਨੂੰ ਮਾੜਾ ਕਹਿੰਦਾ ਪਰ ਛੱਡਦਾ ਨਹੀਂ। ਮਹਾਰਾਜ, ਮੈਂ ਵੀ ਐਸਾ ਲੋਭੀ ਹਾਂ, ਦੁਨੀਆ ਨੂੰ ਕਹਿੰਦਾ ਜ਼ਰੂਰ ਹਾਂ ਵੀ ਆਹ ਕੰਮ ਬੜਾ ਮਾੜਾ ਹੈ, ਪਰ ਅਸਲ ਵਿੱਚ ਕਹਿੰਦਾ ਹੀ ਹਾਂ, ਛੱਡਦਾ ਤਾਂ ਆਪ ਵੀ ਨਹੀਂ। ਮੈਂ ਹਾਂ ਮਹਾਂਪਤਤ, ਮੈਂ ਹਾਂ ਵੱਡਾ ਪਾਪੀ, ਸੁਣਨ ਤੋਂ ਮਗਰੋਂ, ਸਮਝਣ ਤੋਂ ਮਗਰੋਂ ਵੀ ਪਾਪ ਕਰਾਂਗਾ,
मैं मुग्ध मूर्ख, मैनू कोई जिन्ना मर्जी समझाई जावे, कहाँ स्वान को सिमरत सुनाए, कहाँ साकत पै हर गुण गाए। महाराज कहन लगे कुत्ते दे कोल बैठ के जिन्ना मर्जी पाठ करी चलो, कुत्ते नू जिन्ने मर्जी सिमरतियाँ शास्त्र धार्मिक ग्रंथ, बीए दी किताब, एम ए दी किताब, PhD करन वालियां किताबां जिन्नियां मर्जी कुत्ते नू सुना दिओ, कुत्ते ने PhD पास नहीं जे करनी, ਉਹਨੂੰ ਕੋਈ ਅਸਰ ਨਹੀਂ ਪੈਣਾ। ਕੁੱਤੇ ਨੂੰ ਪਤਾ ਹੀ ਨਹੀਂ ਵੀ ਇਹ ਮੇਰੇ ਕੋਲ ਪੜ੍ਹਦਾ ਵੀ ਕੀ ਪਿਆ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਕੁੱਤੇ ਨੂੰ ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਭਾਵੇਂ ਦੁਨੀਆ ਦੇ ਗ੍ਰੰਥ ਪੜ੍ਹ ਕੇ ਸੁਣਾ ਦਿਓ, ਕੁੱਤੇ ਨੂੰ ਫਰਕ ਕੋਈ ਨਹੀਂ ਪੈਂਦਾ। ਕਹਾਂ ਸਾਕਤ ਪੈ ਹਰ ਗੁਣ ਗਾਏ, ਕਿੱਥੇ ਮਨਮੁੱਖ ਬੰਦੇ ਦੇ ਅੱਗੇ ਜਿੰਨੀ ਮਰਜ਼ੀ ਸਿਫਤ ਕਰਦੇ ਰਹੋ ਪਰਮਾਤਮਾ ਦੀ, ਅਤੇ ਫਰਕ ਮਨਮੁੱਖ ਨੂੰ ਵੀ ਨਹੀਂ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਮੈਂ ਇਹੋ ਜਿਹਾ ਮੂਰਖ ਹਾਂ, ਮੈਂ ਇਹੋ ਜਿਹਾ ਲੋਭੀ ਹਾਂ, ਇਹੋ ਜਿਹਾ ਪਾਪਾਂ ਵਿੱਚ ਲੱਗਾ ਹੋਇਆ ਹਾਂ। ਕਰਤ ਪਾਪ ਅਬਹਾਰਾ, ਮਹਾਰਾਜ ਪਾਪ ਕਰਦਿਆਂ ਕਰਦਿਆਂ ਹੁਣ ਮੈਂ ਹਾਰ ਗਿਆ ਹਾਂ, ਹੁਣ ਮੈਂ ਥੱਕ ਗਿਆ ਹਾਂ, ਥੱਕ ਕੀ ਗਿਆ, ਹੁਣ ਮੈਂ ਮੰਜੇ 'ਤੇ ਹੀ ਪੈ ਗਿਆ। ਪਾਪ ਕਰਨਾ ਤਾਂ ਚਾਹੁੰਦਾ ਪਰ ਅੱਗੋਂ ਸਰੀਰ ਕੁਝ ਨਹੀਂ ਕਰਦਾ ਪਿਆ, ਪਾਪ ਕਰਦਿਆਂ ਕਰਦਿਆਂ ਥੱਕ ਗਿਆ, ਜਾਂ ਤਾਂ ਸੋਝੀ ਆ ਗਈ ਹੈ, ਤੌਬਾ ਕੀਤੀ ਹੈ ਵੀ ਬੜੇ ਗੁਨਾਹ ਕੀਤੇ, ਬੰਦਿਆ ਮਾਫ਼ੀ ਮੰਗ ਲਾ, ਇਹਦੀ ਸਜ਼ਾ ਬੜੀ ਕਰੜੀ ਹੈ, ਜਾਂ ਤਾਂ ਸੋਝੀ ਆ ਗਈ ਅਤੇ ਮਾਫ਼ੀ ਮੰਗਦਾ ਪਿਆ, ਜਾਂ ਫਿਰ ਸਰੀਰ ਹੀ ਇੰਨਾ ਕਮਜ਼ੋਰ ਹੋ ਗਿਆ ਵੀ ਹੁਣ ਕਰਨ ਜੋਗਾ ਕੁਝ ਨਹੀਂ ਰਹਿ ਗਿਆ। ਮਹਾਰਾਜ ਕਹਿਣ ਲੱਗੇ ਕਰਤ ਪਾਪ ਅਬਹਾਰਾ, ਪਾਪ ਕਰਦਿਆਂ ਕਰਦਿਆਂ ਹੁਣ ਮੈਂ ਹਾਰ ਗਿਆ, ਹੁਣ ਮੈਂ ਥੱਕ ਗਿਆ, ਹੁਣ ਮੇਰੀ ਤੌਬਾ ਹੋ ਗਈ ਹੈ। ਭੈ ਮਰਬੇ ਕੋ ਬਿਸਰਤ ਨਾਹਿਨ, ਮਹਾਰਾਜ ਜੀ ਮਰਨ ਦਾ ਡਰ ਕਦੇ ਮੁੱਕਦਾ ਨਹੀਂ। ਮਾੜਾ ਜਿਹਾ ਵੀ ਕਿਤੇ ਢਿੱਡ ਵਿੱਚ ਪੀੜ ਹੋਵੇ ਨਾ, ਅਤੇ ਜਮ ਸਾਹਮਣੇ ਖਲੋਤੇ ਦਿਖਾਈ ਦਿੰਦੇ ਵੀ ਹਾਏ ਆ ਗਈ ਮੌਤ। ਮਾੜਾ ਜਿਹਾ ਸਰੀਰ ਵਿੱਚ ਕਿਤੇ ਦਰਦ ਹੋਵੇ, ਲੱਗਦਾ ਵੀ ਹੁਣ ਧੜਕਣ ਰੁਕ ਜਾਏਗੀ, ਹੁਣ ਮਰ ਜਾਵਾਂਗਾ। ਇਹ ਮਰਨ ਦਾ ਡਰ, ਭਾਵੇਂ ਰਾਤ ਨੂੰ ਸੁੱਤਾ ਅਤੇ ਭਾਵੇਂ ਜਾਗਦਾ ਪਿਆ, ਇਹ ਡਰ ਜਿਹੜਾ ਨਿਕਲਦਾ ਨਹੀਂ, ਖਤਮ ਨਹੀਂ ਹੁੰਦਾ। ਮੌਤ ਦਾ ਬੜਾ ਹੀ ਡਰ ਹੈ, ਦਿਨੇ ਰਾਤ ਮੌਤ ਕੋਲੋਂ ਡਰਦਾ ਹੈ। ਅਸਲ ਵਿੱਚ ਮੌਤ ਕੋਲੋਂ ਨਹੀਂ ਡਰਦਾ, ਆਪਣੇ ਕੀਤੇ ਗੁਨਾਹ ਦਾ ਡਰ ਹੈ ਵੀ ਮੈਂ ਇੰਨੇ ਕੀਤੇ ਨੇ, ਉਹਨਾਂ ਦੀ ਸਜ਼ਾ ਮਿਲੇਗੀ। ਪੁਲਿਸ ਕੋਲੋਂ ਕੋਈ ਨਹੀਂ ਡਰਦਾ, ਪੁਲਿਸ ਕੋਲੋਂ ਡਰਦੇ ਨੇ ਜਿਹੜੇ ਤੂੰ ਐਬ ਕੀਤੇ ਨੇ। ਹੁਣ ਜਿਹੜੇ ਬੰਦੇ ਨੇ ਕੋਈ ਪਾਪ ਨਹੀਂ ਨਾ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ, ਉਹ ਪੁਲਿਸ ਵਾਲਿਆਂ ਦੇ ਕੋਲ ਦੀ ਵੀ ਲੰਘ ਜਾਂਦਾ, ਕਿਉਂਕਿ ਪਤਾ ਵੀ ਮੈਂ ਤਾਂ ਕੁਝ ਮਾੜਾ ਨਹੀਂ ਕੀਤਾ। ਅਤੇ ਜਿਹੜਾ ਕੋਈ ਬਲੈਕੀ ਹੈ ਜਾਂ ਕੋਈ ਸਮੈਕੀ ਹੈ ਕਰਦਾ ਇਹੋ ਜਿਹਾ ਕੰਮ, ਉਹ ਵੇਖ ਕੇ ਪਹਿਲਾਂ ਹੀ ਲੁਕ ਜਾਏਗਾ ਵੀ ਇਹ ਕਿਤੇ ਮੈਨੂੰ ਨਾ ਦਬੋਚ ਲੈਣ। ਜਮਾਂ ਦਾ ਡਰ ਨਹੀਂ ਹੈ, ਡਰ ਤੇਰੇ ਕੀਤੇ ਗੁਨਾਹਾਂ ਦਾ ਹੈ ਵੀ ਕਿਤੇ ਜਮ ਮੈਨੂੰ ਪਕੜ ਹੀ ਨਾ ਲੈਣ। ਮਹਾਰਾਜ ਕਹਿਣ ਲੱਗੇ ਭੈ ਮਰਬੇ ਕੋ, ਮਰਨ ਦਾ ਜਿਹੜਾ ਡਰ ਹੈ ਬਿਸਰਤ ਨਾਹਿਨ, ਉਹ ਭੁੱਲਦਾ ਨਹੀਂ, ਮੌਤ ਦਾ ਡਰ ਨਹੀਂ ਭੁੱਲਦਾ, ਦਿਨੇ ਰਾਤ ਬਣਿਆ ਰਹਿੰਦਾ ਹੈ। ਚਿੰਤਾ ਤਨ ਜਾਰਾ, ਮੌਤ ਦੇ ਡਰ ਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ ਅਤੇ ਮੇਰਾ ਸਰੀਰ ਸੜਦਾ ਪਿਆ। ਸੜਦਾ ਕੀ ਪਿਆ ਵੀ ਸੁੰਗੜਦਾ ਪਿਆ। ਜਵਾਨੀ ਦੇ ਵਿੱਚ ਸੀ ਨਾ ਸਰੀਰ ਬੜਾ ਕੱਸਿਆ ਹੋਇਆ, ਅਤੇ ਜਵਾਨੀ ਦੇ ਕੱਪੜੇ ਬੁੱਢੇ ਬਾਰੇ ਨਹੀਂ ਪੈਂਦੇ, ਕੱਪੜੇ ਉਹੀ ਨੇ, ਸਰੀਰ ਵੀ ਉਹੀ ਹੈ, ਪਰ ਜਿਹੜਾ ਜਵਾਨੀ ਵਿੱਚ ਸਰੀਰ ਸੀ ਨਾ ਉਹ ਬੁਢੇਪੇ ਵਿੱਚ ਰਹਿ ਨਹੀਂ ਗਿਆ, ਸੁੰਗੜ ਕੇ ਨਿੱਕਾ ਹੋ ਗਿਆ। ਕਿਉਂ ਨਿੱਕਾ ਹੋ ਗਿਆ? ਮਹਾਰਾਜ ਕਹਿਣ ਲੱਗੇ ਮਰਨ ਦੀ ਚਿੰਤਾ ਨੇ ਸਰੀਰ ਸੁਕਾ ਦਿੱਤਾ ਹੈ। ਬਚਪਨ ਦੇ ਵਿੱਚ ਇੱਕ ਆਸਰਾ ਸੀ ਵੀ ਮੈਂ ਜਵਾਨ ਹੋਣਾ, ਅਜੇ ਹੋਣਾ ਜਾਂ ਨਹੀਂ ਹੋਣਾ ਪਰ ਫਿਰ ਵੀ ਇੱਕ ਆਸ ਹੈ ਵੀ ਮੈਂ ਜਵਾਨ ਹੋਣਾ। ਜਵਾਨੀ ਦੇ ਵਿੱਚ ਇੱਕ ਆਸ ਹੈ ਕਿ ਹਜੇ ਮੈਂ ਬੁੱਢੇ ਹੋਣਾ ਹੈ, ਪਤਾ ਨਹੀਂ ਮੌਤ ਜਵਾਨੀ ਵਿੱਚ ਆ ਜਾਵੇ ਪਰ ਫਿਰ ਵੀ ਇੱਕ ਆਸ ਹੈ ਕਿ ਮੈਂ ਬੁੱਢੇ ਵੀ ਹੋਣਾ ਹੈ। ਪਰ ਜਦੋਂ ਬੁੱਢਾ ਹੋ ਗਿਆ ਨਾ ਫਿਰ ਤਾਂ ਆਸ ਹੀ ਕੋਈ ਨਹੀਂ ਰਹਿ ਗਈ ਵੀ ਅੱਗੇ ਵੀ ਜਵਾਨ ਹੋਣਾ, ਬੁੱਢੇ ਤੋਂ ਬਾਅਦ ਵਿੱਚ ਬਹੁਤ ਹੀ ਆਉਣੀ ਹੈ। ਮੌਤ ਦਾ ਡਰ ਇੰਨਾ ਸਰੀਰ ਸੁੰਗੜ ਗਿਆ, ਇਕੱਠਾ ਹੋ ਗਿਆ, ਹੁਣ ਤਾਂ ਜਵਾਨੀ ਦੇ ਕੱਪੜੇ ਵੀ ਬੁਢੇਪੇ ਵਿੱਚ ਪਾਉਂਦਾ, ਖੁੱਲ੍ਹੇ ਖੁੱਲ੍ਹੇ ਵੱਡੇ ਵੱਡੇ ਲੱਗਦੇ, ਕੱਪੜੇ ਉਹੀ ਨੇ, ਸਰੀਰ ਵੀ ਉਹੀ ਹੈ, ਪਰ ਅਸਲ ਵਿੱਚ ਮੌਤ ਨੇ ਸਰੀਰ ਸੁਕਾ ਦਿੱਤਾ ਹੈ। ਮਹਾਰਾਜ ਕਹਿਣ ਲੱਗੇ ਭੈ ਮਰਬੇ ਕੋ ਬਿਸਰਤ ਨਾਹਿਨ, ਤੇ ਚਿੰਤਾ ਤਨ ਜਾਰਾ,
ਮੌਤ ਦੀ ਚਿੰਤਾ ਨੇ ਸਰੀਰ ਸਾੜ ਦਿੱਤਾ, ਸੁਕਾ ਦਿੱਤਾ ਹੈ। ਕੀਏ ਉਪਾਵ ਮੁਕਤ ਕੇ ਕਾਰਨ, ਮੁਕਤੀ ਵਾਸਤੇ ਯਤਨ ਤੇ ਬੜੇ ਕੀਤੇ। ਕੀ ਯਤਨ ਕੀਤੇ? ਕੱਪੜਾ ਦਾਨ ਕੀਤਾ, ਜੁੱਤੀ ਦਾਨ ਕੀਤੀ ਹੈ, ਤੀਰਥਾਂ ਦੀ ਯਾਤਰਾ ਕਰਨ ਚਲੇ ਗਿਆ, ਕਦੇ ਵਰਤ ਰੱਖ ਲਿਆ। ਮੁਕਤੀ ਵਾਸਤੇ ਯਤਨ ਤੇ ਬੜੇ ਕਰਦਾ, ਆਹ ਕੰਮ ਕਰਾਂ ਮੁਕਤ ਹੋ ਜਾਵਾਂ, ਆਹ ਕੰਮ ਕਰਾਂ ਤੇ ਮੁਕਤ ਹੋ ਜਾਵਾਂ, ਮੁਕਤੀ ਵਾਸਤੇ ਕੰਮ ਤੇ ਬੜੇ ਕਰਦਾ ਹੈ। ਦਹਿ ਦਿਸ ਕੋ ਉੱਠਤਾ ਆ, ਮਹਾਰਾਜ ਕਹਿਣ ਲੱਗੇ ਦਸਾਂ ਦਿਸ਼ਾ ਨੂੰ ਦੌੜਦਾ। ਕਿਸੇ ਨੇ ਆਖਿਆ ਨਾ ਵੀ ਪੂਰਬ ਦੇ ਵੱਲ ਜਾਏਗਾ, ਯਾਤਰਾ ਕਰਕੇ ਆਏਗਾ ਤੇ ਮੌਤ ਤੋਂ ਬਚ ਸਕਦਾ, ਝੱਟ ਹੀ ਦੌੜ ਪਿਆ। ਕਿਸੇ ਨੇ ਆਖਿਆ ਦੱਖਣ ਵਿੱਚ ਜਾ, ਕਿਸੇ ਨੇ ਆਖਿਆ ਉੱਤਰ ਵਿੱਚ ਜਾ, ਕੋਈ ਆਖਦਾ ਪੱਛਮ ਵਾਲੇ ਪਾਸੇ ਜਾ, ਉੱਥੇ ਮੌਤ ਤੋਂ ਬਚ ਜਾਵੇਗਾ। ਇਹ ਗੱਲ ਸੁਣ ਕੇ ਦਸਾਂ ਦਿਸ਼ਾ ਨੂੰ ਦੌੜਦਾ, ਉੱਤਰ ਦੱਖਣ ਪੂਰਬ ਪੱਛਮ, ਕਦੇ ਚਾਰ ਕੋਨਾਂ ਦੇ ਵੱਲ ਦੌੜਦਾ ਹੈ, ਕਦੇ ਆਕਾਸ਼ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ, ਕਦੇ ਥੱਲੇ ਧਰਤੀ 'ਤੇ ਜਾਣ ਦਾ ਯਤਨ ਕਰਦਾ ਹੈ। ਦਸਾਂ ਦਿਸ਼ਾ ਦੇ ਵਿੱਚ ਉੱਠ ਉੱਠ ਕੇ ਦੌੜਦਾ ਜ਼ਰੂਰ ਹੈ, ਇੱਧਰੋਂ ਬਚ ਜਾਵਾਂ ਇੱਧਰੋਂ ਬਚ ਜਾਵਾਂ। ਮੁਕਤੀ ਹੋਣ ਵਾਸਤੇ ਯਤਨ ਤੇ ਬੜੇ ਕੀਤੇ ਹਨ। ਘੱਟ ਹੀ ਭੀਤਰ ਬਸੈ ਨਿਰੰਜਨ, ਮਹਾਰਾਜ ਕਹਿਣ ਲੱਗੇ ਉਹ ਨਿਰੰਜਨ ਜਿਹੜਾ ਪਰਮਾਤਮਾ ਹੈ ਉਹ ਤੇਰੇ ਅੰਦਰ ਵੱਸਦਾ ਪਿਆ। ਤੈਨੂੰ ਲੱਗਦਾ ਵੀ ਉਹ ਪੂਰਬ ਵਾਲੇ ਪਾਸੇ ਆ ਜਾਂ ਦੱਖਣ ਵਾਲੇ ਪਾਸੇ ਹੈ, ਤੈਨੂੰ ਇਹ ਗੱਲ ਲੱਗਦੀ ਜ਼ਰੂਰ ਹੈ, ਪਰ ਉਹ ਕਿਸੇ ਪਾਸੇ ਨਹੀਂ, ਉਹ ਪਰਮਾਤਮਾ ਤੇ ਤੇਰੇ ਅੰਦਰ ਬੈਠਾ ਹੋਇਆ। ਘੱਟ ਹੀ ਭੀਤਰ ਬਸੈ ਨਿਰੰਜਨ, ਨਿਰੰਜਨ ਨਾਮ ਪਰਮਾਤਮਾ ਦਾ, ਜਿਸ ਨੂੰ ਕਿਹਾ ਜਾਂਦਾ ਨਿਰਅੰਜਨ, ਮਾਇਆ ਦੀ ਮੈਲ ਤੋਂ ਰਹਿਤ। ਕਹਿਣ ਲੱਗੇ ਉਹ ਨਿਰੰਜਨ ਪਰਮਾਤਮਾ ਤੇਰੇ ਅੰਦਰ ਵੱਸਦਾ ਪਿਆ ਹੈ, ਤਾਂ ਕੋ ਮਰਮ ਨਾ ਪਾਇਆ, ਉਹਦਾ ਭੇਦ ਨਹੀਂ ਪਾਇਆ, ਤੈਨੂੰ ਪਤਾ ਹੀ ਨਹੀਂ ਲੱਗਾ ਵੀ ਮੇਰੇ ਅੰਦਰ ਬੈਠਾ ਹੈ। ਉਹ ਤੇਰੇ ਕੋਲ ਸਦਾ ਅੰਗ ਸੰਗੇ ਅਭੰਗ ਬਿਭੂਤੇ, ਪਰਮਾਤਮਾ ਹੈ ਤੇਰੇ ਹਰ ਵੇਲੇ ਕੋਲ, ਤੇਰੇ ਅੰਦਰ ਹੀ ਹੈ, ਪਰ ਤੈਨੂੰ ਅੰਦਰੋਂ ਨਹੀਂ ਲੱਭਿਆ, ਤੈਨੂੰ ਕੋਲੋਂ ਨਹੀਂ ਲੱਭਿਆ, ਤੂੰ ਤੇ ਦੌੜਦਾ ਪਿਆ ਕਦੇ ਦੱਖਣ ਨੂੰ, ਕਦੇ ਪੂਰਬ ਨੂੰ, ਕਦੇ ਪੱਛਮ ਨੂੰ, ਕਦੇ ਕਿਸੇ ਧਾਰਮਿਕ ਸਥਾਨ ਨੂੰ। ਮਹਾਰਾਜ ਕਹਿਣ ਲੱਗੇ ਘੱਟ ਹੀ ਭੀਤਰ ਬਸਿਆ ਨਿਰੰਜਨ, ਤਾਂ ਕੋ ਮਰਮ ਨਾ ਪਾਇਆ, ਉਹਦਾ ਮਰਮ ਕਹੀਏ ਭੇਦ ਤੂੰ ਪਾਇਆ ਨਹੀਂ ਵੀ ਉਹ ਕਿੱਥੇ ਹੈ। ਨਾਹਿਨ ਗੁਣ ਨਾਹਿਨ ਕਾ ਜਪ ਤਪ, ਮਹਾਰਾਜ ਦੇ ਅੱਗੇ ਬੇਨਤੀ ਕਰ, ਮਹਾਰਾਜ ਨਾਹਿਨ ਗੁਣ, ਮੇਰੇ ਵਿੱਚ ਕੋਈ ਚੰਗਾ ਗੁਣ ਨਹੀਂ ਜੇਗਾ। ਵੈਸੇ ਤਾਂ ਬੰਦਾ ਆਪਣੇ ਗੁਣ ਹੀ ਗਣਾਉਂਦਾ ਦੁਨੀਆ ਨੂੰ, ਮੇਰੇ ਵਿੱਚ ਆਹ ਵੀ ਗੁਣ ਹੈ, ਮੇਰੇ ਵਿੱਚ ਆਹ ਵੀ ਗੁਣ ਹੈ, ਔਗਣ ਨਹੀਂ ਆਪਣੇ ਦੱਸਦਾ, ਕੇਵਲ ਗੁਣਾਂ ਨੂੰ ਹੀ ਵਰਣਨ ਕਰਦਾ। ਪਰ ਜਦੋਂ ਗੁਰੂ ਦੇ ਕੋਲ ਆਉਂਦਾ ਹੈ, ਇੱਥੇ ਆ ਕੇ ਬੇਨਤੀ ਕਰ, ਨਾਹਿਨ ਗੁਣ, ਮਹਾਰਾਜ ਮੇਰੇ ਵਿੱਚ ਕੋਈ ਨਹੀਂ ਜੇ ਚੰਗਾ ਗੁਣ ਹੈਗਾ। ਨਾਹਿਨ ਗੁਣ ਨਾਹਿਨ ਕਿਸ਼ ਜਾਪ ਤਾਪ, ਨਾ ਮੈਂ ਕੋਈ ਕੀਤਾ ਜਾਪ, ਨਾ ਮੈਂ ਕੀਤਾ ਕੋਈ ਤਾਪ, ਮਹਾਰਾਜ ਇਹ ਮੇਰੇ ਵਿੱਚ ਕੋਈ ਨਹੀਂ, ਨਾ ਜਾਪ ਹੈ ਨਾ ਤਾਪ ਹੈ, ਨਾ ਮੇਰੇ ਵਿੱਚ ਕੋਈ ਚੰਗਾ ਗੁਣ ਹੈ। ਕੌਣ ਕਰਮ ਆਪ ਕੀਜਾ, ਮਹਾਰਾਜ ਹੁਣ ਮੈਂ ਕਿਹੜਾ ਇਹੋ ਜਿਹਾ ਕੰਮ ਕਰਾਂ ਜਿਹਦੇ ਕਰਕੇ ਮੁਕਤੀ ਮਿਲੇ। ਜਪ ਕਰਨਾ ਸੀ ਜਵਾਨੀ ਵਿੱਚ, ਉਹ ਨਹੀਂ ਕਰ ਸਕਿਆ ਕਿਉਂਕਿ ਪਾਣੀ ਵਿੱਚ ਖੜਨਾ ਬੜਾ ਔਖਾ। ਤਾਪ ਕਰਨਾ ਸੀ ਅੱਗ ਦੇ ਕੋਲ ਬੈਠ ਕੇ, ਉਹ ਵੀ ਨਹੀਂ ਕਰ ਸਕਿਆ ਜਵਾਨੀ ਦੇ ਵਿੱਚ, ਤੇ ਕੁਝ ਨਹੀਂ ਕੀਤਾ, ਉਹਨੂੰ ਵਡੇਪਾ ਆ ਗਿਆ। ਮਹਾਰਾਜ ਕੌਣ ਕਰਮ ਅਬ ਕੀਜੈ, ਹੁਣ ਮੈਂ ਕਿਹੜਾ ਇਹੋ ਜਿਹਾ ਕੰਮ ਕਰਾਂ ਜਿਹਦੇ ਕਰਕੇ ਮੈਨੂੰ ਮੁਕਤੀ ਮਿਲ ਜਾਣਾ ਕਰੇ। ਨਾਨਕ ਹਾਰ ਪਰਿਓ ਸਰਨਾਗਤ ਅਬੈ ਦਾਨ ਪ੍ਰਭ ਦੀਜੈ, ਸਤਿਗੁਰਾਂ ਦੇ ਅੱਗੇ ਬੇਨਤੀ ਕਰ, ਨਾਨਕ ਹਾਰ ਪਰਿਓ ਸਰਨਾਗਤ, ਮੈਂ ਦੁਨੀਆਂ ਵੱਲੋਂ ਹਾਰ ਕੇ, ਦੁਨੀਆਂ ਦੀਆਂ ਦੁਕਾਨਾਂ ਵੱਲੋਂ ਹਾਰ ਕੇ, ਦੁਨੀਆਂ ਦੇ ਪਖੰਡ ਵੱਲੋਂ ਹਾਰ ਕੇ, ਦੁਨੀਆਂ ਦੇ ਟਿਕਾਣੇ 'ਤੇ ਬੜੇ ਵੇਖੇ, ਇੱਥੋਂ ਮੁਕਤੀ ਮਿਲਦੀ ਹੈ, ਇੱਥੋਂ ਫਲਾਣੀ ਵਸਤੂ ਮਿਲਦੀ ਹੈ, ਇੱਥੋਂ ਸੁੱਖ ਮਿਲਦਾ ਹੈ, ਸਾਰਿਆਂ ਥਾਵਾਂ ਦੀਆਂ ਮੰਨਤਾਂ ਮੰਨੀਆਂ, ਪਰ ਮੈਂ ਸਾਰੀ ਦੁਨੀਆਂ ਵੇਖ ਲਈ ਹੈ, ਕਿਤੇ ਉਹ ਕੁਝ ਨਹੀਂ ਮਿਲਦਾ ਹੈ, ਇਹ ਤੇਰੇ ਮਨ ਦਾ ਭਰਮ ਹੈ। ਤੇਰੀ ਕਰਮਾਂ ਵਿੱਚ ਲਿਖੀ ਹੋਈ ਦਾਤ ਉਹ ਤੈਨੂੰ ਮਿਲੇਗੀ, ਕਰਮਾਂ ਤੋਂ ਬਾਹਰ ਹੀ ਕੋਈ ਨਹੀਂ ਕੁਝ ਦੇ ਸਕਦਾ। ਮਹਾਰਾਜ ਨਾਨਕ ਹਾਰ ਪਰਿਓ ਸਰਨਾਗਤ, ਮੈਂ ਦੁਨੀਆ ਘੁੰਮ ਕੇ ਫਿਰ ਕੇ ਵੇਖ ਲਈ ਹੈ, ਹੁਣ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ।
ਗੁਰੂ ਕੀ ਗੋਲਾ ਖੁੱਲ੍ਹਣੀ ਹੈ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਗੋਲਕ ਦੀ ਗਿਣਤੀ ਕਰਾਉਣ ਦੀ ਕਿਰਪਾਲਤਾ ਕਰਨੀ। ਦੁਬਾਰਾ ਫਿਰ ਬੇਨਤੀ ਹੈ ਕਿ 9:30 ਵਜੇ ਗੁਰੂ ਕੀ ਗੋਲਾ ਖੁੱਲ੍ਹਣੀ ਹੈ, ਜਿਨ੍ਹਾਂ ਪਿਆਰਿਆਂ ਕੋਲ ਸਮਾਂ ਹੈ ਉਹ 9:30 ਵਜੇ ਗੁਰਦੁਆਰਾ ਸਾਹਿਬ ਆ ਜਾਇਓ, ਤਾਂ ਕਿ ਮਾਇਆ ਦੀ ਗਿਣਤੀ ਜਿਹੜੀ ਹੈ ਉਹ ਛੇਤੀ ਨਾਲ ਜਾਂ ਸੌਖੇ ਤਰੀਕੇ ਨਾਲ ਹੋ ਸਕੇ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।